ਪੰਜਾਬ ਸਰਕਾਰ ਭਾਵੇਂ ਰਾਜ ਵਿੱਚ ਵਿੱਦਿਆ ਦਾ ਮਿਆਰ ਉੱਚਾ ਚੁੱਕਣ ਦੇ ਦਾਅਵੇ ਕਰਦੀ ਹੈ, ਪਰ ਸਕੂਲਾਂ ਦਾ ਹਾਲ ਦੇਖ ਕੇ ਪਤਾ ਲੱਗਦਾ ਹੈ ਕਿ ਸਰਕਾਰੀ ਦਾਅਵੇ ਅਸਲੀਅਤ ਨਾਲ ਮੇਲ ਨਹੀਂ ਖਾਂਦੇ। ਹੈਰਾਨੀ ਦੀ ਗੱਲ ਹੈ ਕਿ ਇਸ ਸਾਲ ਦਾ ਵਿੱਦਿਅਕ ਸੈਸ਼ਨ ਸ਼ੁਰੂ ਹੋਇਆ 4 ਮਹੀਨੇ ਲੰਘ ਚੁੱਕੇ ਨੇ, ਪਰ ਸਕੂਲਾਂ ਵਿੱਚ ਅਜੇ ਤੱਕ ਵਿਦਿਆਰਥੀਆਂ ਨੂੰ ਪੂਰੀ ਤਰ੍ਹਾਂ ਨਾਲ ਕਿਤਾਬਾਂ ਨਹੀਂ ਨਸੀਬ ਹੋਈਆਂ ਅਤੇ ਉਹ ਕਿਤਾਬਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਨੇ। ਬੱਚਿਆਂ ਨੇ ਦੱਸਿਆ ਕਿ ਉਹਨਾਂ ਨੂੰ ਕੁਝ ਹੀ ਕਿਤਾਬਾਂ ਮਿਲੀਆਂ ਨੇ ਅਤੇ ਕਈ ਕਿਤਾਬਾਂ ਮਿਲਣੀਆਂ ਬਾਕੀ ਨੇ, ਜਿਨ੍ਹਾਂ ਦੀ ਕਮੀ ਕਾਰਨ ਬੱਚੇ ਬਾਜ਼ਾਰ ਵਿੱਚੋਂ ਮਹਿੰਗੀਆਂ ਕਿਤਾਬਾਂ ਖਰੀਦਣ ਲਈ ਮਜਬੂਰ ਨੇ। ਅਤੇ ਮੈਨੂੰ ਥੋੜ੍ਹੀ ਬੁੱਕ ਰਹਿ ਗਈ ਡਰਾਇੰਗ ਲੈਣ ਵਾਲੀ, ਨਵਾਂ ਸਾਲ ਹੀ ਡਰਾਇੰਗ ਰਹਿ ਗਈ, ਕੰਪਿਊਟਰ ਰਹਿ ਗਈ, ਬਸ ਤਿੰਨ ਚਾਰ ਬੁੱਕ ਰਹਿ ਗਈ। ਕੀ ਕਹਿਣਾ ਚਾਹੁੰਦੇ, ਕਿਹੜੇ ਕਿਹੜੇ ਕਿਤਾਬਾਂ ਨਹੀਂ ਮਿਲੀਆਂ ਤੁਹਾਨੂੰ ਹਾਲ ਤੱਕ? ਮੈਥ ਨਹੀਂ ਮਿਲਿਆ, ਜਿਹੜੀ ਅੱਜ ਸਟੇਟ ਨਹੀਂ ਮਿਲੀ, ਸਾਇੰਸ ਦੀ ਨਹੀਂ ਮਿਲੀ, ਅਤੇ ਉਹ ਨਹੀਂ ਮਿਲੀ, ਇੰਗਲਿਸ਼ ਦਰਾਂ ਮਿਲ ਗਈ, ਇੰਗਲਿਸ਼ ਮਿਲ ਗਈ, ਡਰਾਇੰਗ ਮਿਲ ਗਈ, ਸਰੇ ਚੀਜ਼ ਮਿਲ ਗਈ। ਕਿੰਨਾ ਚਿਰ ਹੋ ਗਿਆ ਕਿਤਾਬਾਂ ਮਿਲੀਆਂ ਨੂੰ? ਤਿੰਨ ਚਾਰ ਮਿਲ ਗਈ। ਸਿਹਤ ਵਾਲੀ ਮਿਲੀ, ਕੰਪਿਊਟਰ ਹੀ, ਫਿਜੀਕਲ। ਤੇ ਕਿਹੜੇ ਕਿਹੜੇ ਨਹੀਂ ਮਿਲੀਆਂ ਹਾਲੇ? ਆਹੀ ਜਿਹੜੇ ਨਹੀਂ ਮਿਲੀਆਂ, ਇਹੀ ਨਹੀਂ। ਕਿੰਨਾ ਚਿਰ ਹੋ ਗਿਆ ਮਿਲੀਆਂ ਨੂੰ? ਕਿੰਨੇ ਚਿਰ ਬਾਅਦ ਮਿਲੀਆਂ ਸ਼ਾਇਦ ਕਲਾਸਾਂ ਸ਼ੁਰੂ ਹੋਣ ਤੋਂ ਕਿੰਨੇ ਚਿਰ ਬਾਅਦ ਮਿਲੀਆਂ? 4-5 ਮਹੀਨੇ ਤੋਂ ਬਾਅਦ। ਵਿਦਿਆਰਥੀਆਂ ਨੂੰ ਕਿਤਾਬਾਂ ਮਿਲਣ ਵਿੱਚ ਹੋ ਰਹੀ ਦੇਰੀ ਕਾਰਨ ਅਧਿਆਪਕ ਵੀ ਪਰੇਸ਼ਾਨ ਨੇ। ਅਧਿਆਪਕ ਹਰਦੀਪ ਸਿੰਘ ਸਿੱਧੂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਵਿਦਿਆਰਥੀਆਂ ਨੂੰ ਕਿਤਾਬਾਂ ਮਿਲਣ ਵਿੱਚ ਹੋ ਰਹੀ ਦੇਰੀ ਲਈ ਜ਼ਿੰਮੇਵਾਰ ਅਧਿਕਾਰੀਆਂ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ। ਉੱਧਰ ਇਸ ਦੇਰੀ ਲਈ ਸਿੱਖਿਆ ਵਿਭਾਗ ਦੇ ਅਧਿਕਾਰੀ ਉੱਚ ਅਧਿਕਾਰੀਆਂ ਨੂੰ ਇਸ ਮਾਮਲੇ ਲਈ ਜ਼ਿੰਮੇਵਾਰ ਦੱਸ ਰਹੇ ਨੇ। ਜ਼ਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਕੁਲਭੂਸ਼ਣ ਸਿੰਘ ਬਾਜਵਾ ਨੇ ਦੱਸਿਆ ਕਿ ਕਿਤਾਬਾਂ ਮਿਲਣ ਵਿੱਚ ਹੋ ਰਹੀ ਦੇਰੀ ਲਈ ਉੱਚ ਅਧਿਕਾਰੀ ਜ਼ਿੰਮੇਵਾਰ ਨੇ। ਉਹਨਾਂ ਕਿਹਾ ਕਿ ਕਿਤਾਬਾਂ ਦੇਰੀ ਨਾਲ ਆਉਣ ਬਾਰੇ ਸਰਕਾਰ ਨੂੰ ਲਿਖ ਦਿੱਤਾ ਗਿਆ ਅਤੇ ਕਿਤਾਬਾਂ ਮਿਲਣ 'ਤੇ ਵਿਦਿਆਰਥੀਆਂ ਨੂੰ ਵੰਡ ਦਿੱਤੀਆਂ ਜਾਣਗੀਆਂ। ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਵੱਖ ਵੱਖਰੀ ਕਲਾਸਾਂ ਨੂੰ ਕਿਤਾਬਾਂ ਦੀ ਪੂਰੀ ਜਿਹੜੀ ਅਸੀਂ ਗਿਣਤੀ ਹੈ ਹਾਇਰ ਅਥਾਰਟੀ ਨੂੰ ਭੇਜ ਚੁੱਕੇ ਹਾਂ। ਇਹ ਜਿਹੜੀ ਸਮੱਸਿਆ ਹੈ ਇਹ ਹਾਇਰ ਅਥਾਰਟੀ ਦੀ ਪੱਧਰ 'ਤੇ ਹੈ, ਪੰਜਾਬ ਸਰਕਾਰ ਦੀ ਸਮੱਸਿਆ ਹੈ। ਕੁਛ ਕਾਰਨ ਹੋ ਸਕਦੇ ਨੇ ਜਿਨ੍ਹਾਂ ਕਰਕੇ ਪੂਰੀ ਸਪਲਾਈ ਨਹੀਂ ਆ ਸਕੀ। ਦੁਬਾਰਾ ਵੀ ਅਸੀਂ ਇੱਕ ਪੱਤਰ ਲਿਖਿਆ ਹੈ, ਜਦੋਂ ਹੀ ਇਹ ਜਿੰਨੀ ਬਾਕੀ ਰਹਿੰਦੀਆਂ ਬੁੱਕਸ ਆ ਜਾਣਗੀਆਂ ਬੱਚਿਆਂ ਨੂੰ ਅਸੀਂ ਦੇ ਦੇਵਾਂਗੇ। ਕਿਤਾਬਾਂ ਮਿਲਣ ਵਿੱਚ ਹੋ ਰਹੀ ਦੇਰੀ ਲਈ ਭਾਵੇਂ ਕੋਈ ਵੀ ਜ਼ਿੰਮੇਵਾਰ ਹੋਵੇ, ਪਰ ਨਿਰਾਸ਼ਾਜਨਕ ਨਤੀਜੇ ਆਉਣ 'ਤੇ ਹਮੇਸ਼ਾ ਦੀ ਤਰ੍ਹਾਂ ਠੀਕਰਾ ਸਿਰਫ ਅਧਿਆਪਕਾਂ ਦੇ ਸਿਰ ਭੰਨਿਆ ਜਾਵੇਗਾ। ਸਪੋਕਸਮੈਨ ਟੀਵੀ ਦੇ ਲਈ ਮਾਨਸਾ ਤੋਂ ਕੁਲਜੀਤ ਸਿੰਘ ਸਿੱਧੂ ਦੀ ਰਿਪੋਰਟ।